ਪਹਿਲੀ ਗੱਲ ਤਾਂ ਇਹਨਾਂ ਨੇ ਦਿੱਲੀ ਜਾਣ ਤੋਂ ਰੋਕਿਆ ਕਿਉਂ? ਕੀ ਅਸੀਂ ਇੰਡੀਆ ਦੇ ਜਿਹੜੀ ਗਰੰਟੀ ਦੇਣੀ ਹੈ ਉਹ ਸਰਕਾਰ ਨੇ ਗਰੰਟੀ ਨਹੀਂ ਕਰਨੀ, ਪ੍ਰਾਈਵੇਟ ਕੰਪਨੀਆਂ ਨਾਲ ਕਹਿੰਦੇ ਗਰੰਟੀ ਕਰਾਵਾਂਗੇ 5 ਸਾਲ, ਜੇ ਇੱਥੇ ਵੀ ਬੈਠਣਾ ਪੈ ਗਿਆ ਉਨਾਂ ਚਿਰ ਬੈਠਾਂਗੇ। ਆਖਰ ਸਰਕਾਰ 4 ਜੂਨ ਤੋਂ ਬਾਅਦ ਕੋਈ ਪਾਰਟੀ ਬਣਾਵੇ ਉਹਦੀ ਕਿਸਾਨ ਅੰਦੋਲਨ ਅੱਜ ਆਪਣੇ ਸਿਖਰਾਂ 'ਤੇ ਹੈ, ਪਰੰਤੂ ਸਵਾਲ ਕਈ ਨੇ ਕਿਉਂਕਿ ਇਲੈਕਸ਼ਨ ਦਾ ਦੌਰ ਵੀ ਹੈ। ਅਤੇ ਇਸ ਸਮੇਂ ਸਾਡੇ ਨਾਲ ਨੇ ਮੇਹਰ ਸਿੰਘ ਥੜੀ ਜੀ, ਜੋ ਕਿ ਵੱਡੇ ਕਿਸਾਨ ਆਗੂ ਨੇ, ਆਓ ਉਹਨਾਂ ਨਾਲ ਗੱਲ ਕਰਦੇ ਹਾਂ ਕਿਸਾਨ ਦੇ ਅੰਦੋਲਨ ਦੇ ਭਵਿੱਖ ਨੂੰ ਲੈ ਕੇ ਜਿਹੜੇ ਸਵਾਲ ਉੱਠੇ ਨੇ। ਮੇਹਰ ਸਿੰਘ ਥੜੀ ਜੀ, ਸਵਾਲ ਇਹ ਹੈ ਕਿ ਅੱਜ ਇਲੈਕਸ਼ਨ ਅਨਾਊਂਸ ਹੋ ਚੁੱਕੀ ਹੈ, ਲੋਕ ਕਹਿੰਦੇ ਹੁਣ ਸਰਕਾਰ ਕੋਈ ਨਹੀਂ ਹੈਗੀ, ਫਿਰ ਤੁਹਾਡੀ ਲੜਾਈ ਕਿਸ ਨਾਲ? ਲੜਾਈ ਤਾਂ ਜੀ ਸਰਕਾਰ ਨਾਲ ਹੈ, ਜਦੋਂ ਆਪਾਂ ਇਲੈਕਸ਼ਨ ਅਨਾਊਂਸ ਹੋਣ ਤੋਂ ਪਹਿਲਾਂ ਆ ਬੈਠੇ, ਫਿਰ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸੀ ਬਣਦੀ ਕਿ ਸਾਡੇ ਨਾਲ ਗੱਲ ਕਰਦੇ। ਪਹਿਲੀ ਗੱਲ ਤਾਂ ਇਹਨਾਂ ਨੇ ਦਿੱਲੀ ਜਾਣ ਤੋਂ ਰੋਕਿਆ ਕਿਉਂ? ਕੀ ਅਸੀਂ ਇੰਡੀਆ ਦੇ ਸ਼ਹਿਰੀ ਨਹੀਂ ਹੈਗੇ? ਸਾਨੂੰ ਹਰਿਆਣੇ ਦੇ ਵਿੱਚ ਪੈਰ ਰੱਖਣਾ ਮਨਾ ਹੈ, ਪਹਿਲੀ ਗੱਲ। ਦੂਜੀ ਗੱਲ, ਇਹਨਾਂ ਨੇ ਮੀਟਿੰਗਾਂ ਦਾ ਦੌਰ ਚਲਾਇਆ, ਪਰ 3 ਮੀਟਿੰਗਾਂ ਕਰਕੇ ਵੀ ਗੱਲ ਉੱਥੇ ਦੀ ਉੱਥੇ ਕਿ 3 ਫਸਲਾਂ ਹੋਰ ਅਤੇ ਤੁਹਾਨੂੰ MSP ਦੀ ਗਰੰਟੀ ਦੇਵਾਂਗੇ, ਜਦੋਂ ਕਿ 23 ਫਸਲਾਂ ਜਿਹਨਾਂ 'ਤੇ ਰੇਟ ਬੰਨਿਆ ਜਾਂਦਾ, ਫਿਰ 23 ਦੀ ਗਰੰਟੀ ਕਿਉਂ ਨਹੀਂ ਦਿੰਦੇ? ਫਿਰ ਦੂਜੀ ਗੱਲ, ਜਿਹੜੀ ਗਰੰਟੀ ਦੇਣੀ ਹੈ ਉਹ ਸਰਕਾਰ ਨੇ ਗਰੰਟੀ ਨਹੀਂ ਕਰਨੀ, ਪ੍ਰਾਈਵੇਟ ਕੰਪਨੀਆਂ ਨਾਲ ਕਹਿੰਦੇ ਗਰੰਟੀ ਕਰਾਵਾਂਗੇ 5 ਸਾਲ ਲਈ। ਉਹਦਾ ਮਤਲਬ ਸਪਸ਼ਟ ਆਪਾਂ ਨੂੰ ਸਾਫ਼ ਨਜ਼ਰ ਆਉਂਦਾ, ਕਿਉਂਕਿ ਜਿਹੜੇ ਕਾਨੂੰਨ ਆਪਾਂ ਦਿੱਲੀ ਬੈਠ ਕੇ ਵਾਪਸ ਕਰਾਏ ਸੀ, ਅਗਰ ਆਪਾਂ ਪ੍ਰਾਈਵੇਟ ਨਾਲ ਐਗਰੀਮੈਂਟ ਕਰ ਲਿਆ ਤਾਂ ਇੱਕ ਕਾਨੂੰਨ ਆਪਣੇ ਆਪ ਇਹ ਲਾਗੂ ਕਰ ਦਿੱਤਾ ਫਿਰ 5 ਸਾਲ ਵਾਸਤੇ, ਕਿਉਂਕਿ ਵੱਧ ਤੋਂ ਵੱਧ 5 ਸਾਲ ਤੋਂ ਬਾਅਦ ਇਹ ਮੰਡੀਆਂ ਨੂੰ ਖਤਮ ਕਰ ਦੇਣਗੇ ਕਿ ਮੰਡੀਆਂ ਦੇ ਵਿੱਚ ਆਮਦਨ ਨਹੀਂ ਰਹੀ, ਇਹ ਚਿੱਟਾ ਹਾਥੀ ਬਣ ਗਿਆ, ਇਹਨਾਂ ਨੂੰ ਬੰਦ ਕਰ ਦਿਉ। ਜੋ ਕੁਛ ਅਸੀਂ ਦਿੱਲੀ ਬੈਠ ਕੇ ਕਾਨੂੰਨ ਵਾਪਸ ਕਰਾਏ ਸੀ, ਇਹ ਸਿੱਧੇ ਢੰਗ ਦੇ ਨਾਲ ਸਾਨੂੰ 'ਤੇ ਲਾਗੂ ਕਰਨਾ ਚਾਹੁੰਦੇ ਸੀ। ਲੋਕਾਂ ਨੂੰ, ਕਿਸਾਨਾਂ ਨੂੰ ਇਹ ਸਮਝਦੇ ਸੀ ਵੀ ਇਹ ਕਿਸਾਨ ਮੂਰਖਾਂ ਸਾਡੇ ਝਾਂਸੇ ਵਿੱਚ ਵੱਜ ਜਾਣਗੇ, ਪਰ ਕਿਸਾਨ ਬੜਾ ਸਿਆਣਾ ਹੋ ਚੁੱਕਿਆ, ਕਿਸਾਨਾਂ ਦੇ ਬੇਟੀਆਂ, ਕਿਸਾਨਾਂ ਦੇ ਬੇਟੇ ਇਹਨਾਂ ਨਾਲੋਂ ਜ਼ਿਆਦਾ ਪੜ੍ਹੇ ਲਿਖੇ ਹੈ, ਅਸੀਂ ਇਹਨਾਂ ਗੱਲਾਂ ਨੂੰ ਸਮਝਦੇ ਹਾਂ, ਉਹ ਝਾਂਸੇ ਵਿੱਚ ਨਹੀਂ ਆਏ। ਥੜੀ ਸਾਹਿਬ, ਮੇਹਰ ਜੀ, ਇੱਕ ਸਵਾਲ ਜ਼ਰੂਰ ਹੈ ਕਿ ਲੋਕ ਇਹ ਕਹਿ ਰਹੇ ਨੇ ਕਿ ਇਸ ਸਮੇਂ ਜਿਹੜੀ ਲੜਾਈ ਤਾਂ ਤੁਹਾਡੀ ਜਾਇਜ਼ ਹੈ, ਪਰੰਤੂ ਹੱਲ ਕੀ ਨਿਕਲੇਗਾ? ਹੱਲ ਨਿਕਲੂਗਾ ਜੀ, ਦੇਖੋ ਆਪਾਂ ਦਿੱਲੀ 13 ਮਹੀਨੇ ਬੈਠੇ ਹਾਂ, ਜੇ ਇੱਥੇ ਵੀ ਬੈਠਣਾ ਪੈ ਗਿਆ ਉਨਾਂ ਚਿਰ ਬੈਠਾਂਗੇ। ਆਖਰ ਸਰਕਾਰ 4 ਜੂਨ ਤੋਂ ਬਾਅਦ ਕੋਈ ਪਾਰਟੀ ਬਣਾਵੇ ਉਹਦੀ ਬਣਨੀ ਤਾਂ ਹੈਗੀ, ਜੋ ਪਾਰਟੀ ਦੀ ਸਰਕਾਰ ਬਣ ਜੂਗੀ ਫਿਰ ਉਸਦੇ ਨਾਲ ਆਪਣਾ ਮੱਥਾ ਤਾਂ ਲੱਗਿਆ ਹੋਇਆ ਹੀ ਹੈ, ਲਾ ਕੇ ਰਹਾਂਗੇ ਆਪਣੀਆਂ ਮੰਗਾਂ ਜਾਇਜ਼ ਹੈ, ਉਹਨਾਂ ਜਾਇਜ਼ ਮੰਗਾਂ ਨੂੰ, ਉਹ ਮੰਗਾਂ ਜਿਹੜੀਆਂ ਪ੍ਰਧਾਨ ਮੰਤਰੀ 2 ਸਾਲ ਪਹਿਲਾਂ ਮੰਨ ਕੇ ਆਪਾਂ ਨੂੰ ਵਾਪਸ ਭੇਜਿਆ ਕਿ ਆਹ ਕਾਨੂੰਨ ਵਾਪਸ ਕਰ ਦੇ, ਬਾਕੀ ਸਾਨੂੰ ਟਾਈਮ ਦਿਓ, ਪੜਾਅ ਵਾਰ ਤੁਹਾਡੀਆਂ ਮੰਗਾਂ ਲਾਗੂ ਕਰ ਦਿੱਤੀਆਂ ਜਾਣਗੀਆਂ। ਪਰ ਹੈਰਾਨਗੀ ਇਹ ਹੈ ਵੀ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਵਾਰੀ ਮੰਨ ਕੇ ਫਿਰ ਮੁੱਕਰ ਕਿਸ ਤਰ੍ਹਾਂ ਗਿਆ? ਇੱਕ ਗੱਲ ਹੋਰ ਹੈ, ਜੇ ਸਾਡੇ ਪਿੰਡਾਂ ਦੇ ਵਿੱਚ ਪੰਚਾਇਤੀ ਫੈਸਲੇ ਕਰਾ ਕੇ ਕੋਈ ਬੰਦਾ ਪੰਚਾਇਤ ਦੇ ਕਹੇ ਤੋਂ ਭੱਜ ਜਾਵੇ ਨਾ, ਤਾਂ ਅਸੀਂ ਉਹਦਾ ਸਮਾਜਿਕ ਬਾਈਕਾਟ ਕਰਦੇ ਹਾਂ। ਇਸ ਦੇਸ਼ ਦਾ, ਐਡੇ ਵੱਡੇ ਦੇਸ਼ ਦਾ ਪ੍ਰਧਾਨ ਮੰਤਰੀ ਜਿਹਦਾ ਦੁਨੀਆ ਦੇ ਵਿੱਚ ਕੋਈ ਨਾਂ ਹੈ, ਉਹ ਇਹ ਨਹੀਂ ਸੋਚਦਾ ਵੀ ਮੇਰਾ ਦੁਨੀਆ ਦੇ ਵਿੱਚ ਕੀ ਹੋ ਰਿਹਾ, ਕੀ ਬਦਨਾਮੀ ਹੋ ਰਹੀ ਹੈ ਇੰਡੀਆ ਦੀ, ਉਹ ਕਿਉਂ ਮੰਗਾਂ ਲਾਗੂ ਨਹੀਂ ਕਰਦਾ, ਜਾਂ ਸਾਡੀਆਂ ਮੰਗਾਂ ਨੂੰ ਗਲਤ ਸਾਬਤ ਕਰ ਦੇਵੇ ਅਤੇ ਜਾਂ ਉਹਨਾਂ ਨੂੰ ਲਾਗੂ ਕਰ ਦੇਵੇ। ਜੀ ਜੀ, ਅਤੇ ਆਪਾਂ ਬੈਠਾਂਗੇ,
ਆਖਿਰ ਸਰਕਾਰ ਬਣਨੀ ਹੈ ਸਰ। ਕੀ ਜਿਹੜਾ ਪਹਿਲਾ ਆਪਣਾ ਅੰਦੋਲਨ ਸੀ ਉਹ ਜਲਦੀ ਉੱਠ ਗਿਆ ਜਿਸ ਕਰਕੇ ਇਹ ਹਾਲਾਤ ਹੋਏ ਨੇ? ਦੇਖੋ ਜਲਦੀ ਨਹੀਂ ਉੱਠਿਆ, ਉਹਦੇ ਵਿੱਚ ਜਦੋਂ ਕਾਨੂੰਨ ਵਾਪਸ ਕੀਤੇ ਤੇ ਇਸ ਨੇ ਵਾਅਦਾ ਕਰ ਲਿਆ ਕਿ ਮੰਗਾਂ ਲਾਗੂ ਕਰ ਦਿੱਤੀਆਂ ਜਾਣਗੀਆਂ। ਸਾਡੇ ਕੁਛ ਆਗੂ ਉਹ ਝਾਂਸੇ ਵਿੱਚ ਆ ਗਏ ਵੀ ਐਡਾ ਵੱਡਾ ਜ਼ਿੰਮੇਵਾਰ ਆਦਮੀ ਦੇਸ਼ ਦਾ ਪ੍ਰਧਾਨ ਮੰਤਰੀ ਵਾਅਦਾ ਕਰਦਾ, ਇਹ ਮੁੱਕਰ ਨਹੀਂ ਲੱਗਿਆ, ਲਾਗੂ ਕਰ ਦੂਗਾ। ਆਪਾਂ ਕਿਸੇ ਨਾ ਕਿਸੇ ਢੰਗ ਨਾਲ 2 ਸਾਲ ਹੋ ਗਏ ਉਹਨਾਂ ਮੰਗਾਂ ਨੂੰ ਚੁੱਪ ਕਰਕੇ ਨਹੀਂ ਬੈਠੇ, ਇਸ ਅੰਦੋਲਨ ਨੂੰ ਚੱਲਦੇ ਨੂੰ ਦਿੱਲੀ ਤੋਂ ਬਾਅਦ ਇੱਕ ਦਿਨ ਵੀ ਅੰਦੋਲਨ ਬੰਦ ਨਹੀਂ ਹੋਇਆ ਕਿਸੇ ਨਾ ਕਿਸੇ ਢੰਗ ਨਾਲ। ਕਦੇ ਮੰਗ ਪੱਤਰ ਦੇਣ ਗਏ, ਕਦੇ ਆਪਾਂ ਛੋਟੇ ਵੱਡੇ ਧਰਨੇ ਲਾਏ, ਕਦੇ ਆਪਾਂ ਲਖੀਮ ਪ੍ਰਖੀਰੀ ਇਕੱਠ ਕਰਿਆ, ਪਰ ਇਸ ਦੇ ਕੰਨਾਂ 'ਤੇ ਜੂਨੀ ਸਰਕੀ ਇਹਨੇ ਸਾਡੀ ਇੱਕ ਵੀ ਮੰਗ ਹੈ ਜਿਹੜੀ ਉਹ ਲਾਗੂ ਨਹੀਂ ਕੀਤੀ। ਆਖਿਰ ਜਦੋਂ ਪ੍ਰਧਾਨ ਮੰਤਰੀ ਹੀ ਝੂਠਾ ਨਿਕਲ ਜਾਵੇ ਤਾਂ ਲੋਕਾਂ ਦਾ ਕੀ ਕਸੂਰ? ਸਵਾਲ ਵੱਡਾ ਹੈ, ਕਿਉਂਕਿ ਪ੍ਰਧਾਨ ਮੰਤਰੀ ਦਾ ਜੇ ਰਵੱਈਆ ਇਹੋ ਜਿਹਾ ਹੋ ਜਾਂਦਾ ਹੈ ਤਾਂ ਰਾਜਨੀਤੀ ਤੰਤਰ ਤੋਂ ਉੱਠ ਜਾਂਦਾ ਹੈ ਲੋਕਾਂ ਦਾ ਵਿਸ਼ਵਾਸ।